ਹੈਲੋ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ YouTube ਚੈਨਲ ਵਿੱਚ ਤੇ ਹੁਣ ਗੱਲ ਕਰਦੇ ਆ ਨਵੀਆਂ ਪੋਸਟਾਂ ਆਈਆਂ ਨੇ ਪੀਐਨ ਦੀਆਂ ਪ੍ਰੋਸੈਸਰ ਸਰਵਰ ਦੀਆਂ ਸਾਰੀ ਜਾਣਕਾਰੀ ਦਿੱਤੀ ਜਾਏਗੀ ਸਿਰਫ ਇਹਨਾਂ ਨੇ 10ਵੀਂ ਪਾਸ ਮੰਗੀ ਆ ਤੇ ਸਾਰੀ ਜਾਣਕਾਰੀ ਇਸ ਵੀਡੀਓ ਵਿੱਚ ਮਿਲੇਗੀ ਬਾਕੀ ਤੁਹਾਨੂੰ ਮੈਂ ਲਿੰਕ ਦੇ ਦਾਂਗਾ ਵੀਡੀਓ ਦੇ ਡਿਸਕ੍ਰਿਪਸ਼ਨ 'ਚ ਉੱਥੋਂ ਤੁਸੀਂ ਇਹ ਫਾਰਮ ਜਿਹੜਾ ਪੂਰਾ ਡਾਊਨਲੋਡ ਕਰ ਸਕਦੇ ਹੋ ਤੁਹਾਨੂੰ ਸਾਰੀ ਜਾਣਕਾਰੀ ਮਿਲ ਜਾਏਗੀ ਕੀ ਕੁਝ ਚਾਹੀਦਾ ਕਿੰਨੀ ਚਾਹੀਦੀ ਹੈ ਵੈਸੇ ਮੈਂ ਹੁਣ ਬੋਲ ਕੇ ਵੀ ਦੱਸ ਹੀ ਦਵਾਂਗਾ ਬਾਕੀ ਵੀਰ ਜੀ ਜਿਨੇ ਜਿਨੇ ਮੇਰੇ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀ ਤੁਹਾਡਾ ਸਬਸਕ੍ਰਾਈਬ ਜ਼ਰੂਰ ਕਰੋ ਕਿਉਂਕਿ ਨਵੀਆਂ-ਨਵੀਆਂ ਨੌਕਰੀਆਂ ਹੁੰਦੀਆਂ ਨੇ ਤੁਹਾਡਾ ਹੀ ਫਾਇਦਾ ਹੋਣਾ ਹੈ ਸਬਸਕ੍ਰਾਈਬ ਕੀਤਾ ਹੋਏਗਾ ਤਾਂ ਫਿਰ ਤੁਹਾਨੂੰ ਪਤਾ ਲੱਗਦਾ ਰਹੇਗਾ ਕਿ ਕਿਹੜੀ ਨੌਕਰੀ ਆਈ ਹੈ ਕਿਹੜੇ ਫਾਰਮ ਆਏ ਨੇ ਤੁਸੀਂ ਉਹ ਭਰ ਸਕਦੇ ਹੋ ਤੇ ਨੌਕਰੀ ਨੂੰ ਪ੍ਰਾਪਤ ਕਰ ਸਕਦੇ ਹੋ ਹੁਣ ਗੱਲ ਕਰਦੇ ਹਾਂ ਕਿਹੜੀ ਭਰਤੀ ਆਈ ਹੈ ਤੇ ਆ ਦੇਖੋ ਇੱਥੇ ਸਾਫ਼-ਸਾਫ਼ ਲਿਖਿਆ ਹੋਇਆ ਹੈ ਡਿਸਟ੍ਰਿਕਟ ਸੀਜ਼ਨ ਜਿਹੜਾ ਜੋਗਾ ਲੁਧਿਆਣਾ ਵਿੱਚ ਹੈ ਜਿਹੜੀਆਂ ਇਹ ਪੋਸਟਾਂ ਆਈਆਂ ਨੇ ਤੇ ਇਹ ਪੋਸਟਾਂ ਜਿਹੜੀਆਂ ਪੀਐਨ ਤੇ ਪ੍ਰੋਸੈਸਰ ਸਰਵਰ ਦੀਆਂ ਆਈਆਂ ਨੇ ਇਹਦੇ ਵਿੱਚ ਸਿਰਫ ਇਹਨਾਂ ਨੇ 10ਵੀਂ ਪਾਸ ਮੰਗੀ ਆ ਇਹਦੀ ਜਿਹੜੀ ਲਾਸ ਉਹ 17 ਤਰੀਕ ਦੂਜਾ ਮਹੀਨਾ 2021 ਆ 17 ਫਰਵਰੀ ਤੱਕ ਤੁਸੀਂ ਇਹਦੇ ਫਾਰਮ ਭਰ ਸਕਦੇ ਹੋ ਤੇ ਹੁਣ ਕਰਦੇ ਆਂ ਇਹਨੂੰ ਡਾਊਨਲੋਡ ਨੋਟੀਫਿਕੇਸ਼ਨ ਨੂੰ ਆ ਦੇਖੋ ਮੈਂ ਡਾਊਨਲੋਡ ਕਰ ਲਿਆ ਆ ਤੇ ਵੇਖੋ ਜੀ ਆ ਸਾਰਾ ਫਾਰਮ ਹੈ ਜੇ ਤੁਹਾਨੂੰ ਇਹ ਨੋਟੀਫਿਕੇਸ਼ਨ ਖੁਦ ਪੜਨਾ ਚਾਹੁੰਦੇ ਹੋ ਤਾਂ ਤੁਸੀਂ ਜਿਹੜਾ ਵੀਡੀਓ ਦੇ ਜਿਹੜਾ ਡਿਸਕ੍ਰਿਪਸ਼ਨ ਵਿੱਚ ਤੁਹਾਨੂੰ ਲਿੰਕ ਮਿਲ ਜੇਗਾ ਉੱਥੋਂ ਤੁਸੀਂ ਡਾਊਨਲੋਡ ਕਰ ਲਓ ਸਿਰਫ 1 ਜਾਂ 2 MB ਦਾ ਆਇਆ ਤੇ ਆ ਦੇਖੋ ਇੱਥੇ ਦੱਸਿਆ ਹੋਇਆ ਕੀ ਕੀ ਚਾਹੀਦਾ ਹੈ ਵੀਰ ਜੀ ਇਹਨਾਂ ਨੇ ਤਨਖਾਹ ਵੀ ਦੱਸੀ ਹੋਈ ਹੈ ਕਿੰਨੀ ਮਿਲੇਗੀ ਇਹਦੇ ਵਿੱਚ ਜਿਹੜੀ ਤਕਰੀਬਨ ਜਿਹੜੀ ਸਾਰੀ ਮਲਾਮ ਲੂ ਕੇ 12000 ਜਾਂ 13000 ਰੁਪਏ ਤਨਖਾਹ ਮੰਗਦੀ ਹੈ ਸਟਾਰਟਿੰਗ ਦੀ ਤੇ ਇਹਦੇ ਵਿੱਚ ਜਿਹੜਾ ਆ ਦੇਖੋ ਪੰਜਾਬੀ ਵਿੱਚ ਪਾਸ ਹੋਣੀ ਚਾਹੀਦੀ ਹੈ ਜੀ 10ਵੀਂ ਤੇ 18 ਤੋਂ ਲੈ ਕੇ 35 ਸਾਲ ਤੱਕ ਤੁਹਾਡੀ ਏਜ ਹੋਣੀ ਚਾਹੀਦੀ ਆ ਆ ਦੇਖੋ ਇਹਨਾਂ ਨੇ ਦੱਸਿਆ ਹੈ ਕਿੰਨੀਆਂ ਕਿੰਨੀਆਂ ਵੈਕੈਂਸੀਆਂ ਜਰਨਲ ਦੀਆਂ ਉੰਨੀ ਨੇ ਐਸਡੀ ਦੀਆਂ ਜਿਹੜੀਆਂ ਬਾਲਮੀਕ ਜਿਨ੍ਹਾਂ ਨੂੰ ਕਹਿੰਦੇ ਪੀਐਚਸੀ ਦੀਆਂ 1 3 2 ਟੋਟਲ 35 ਵੈਕੈਂਸੀਆਂ ਨੇ ਵੀਰ ਜੀ ਤੇ ਆਹ ਦੇਖੋ ਇਹਨਾਂ ਨੇ ਇਹ ਵੀ ਦੱਸਿਆ ਹੈ ਕਿ ਕਿੱਥੇ ਫਾਰਮ ਜਾ ਕੇ ਤੁਸੀਂ ਭਰ ਸਕਦੇ ਹੋ ਵੈਸੇ ਤੁਸੀਂ ਜਿਹੜੇ ਫਾਰਮ ਭਰਦੇ ਹੋ ਤੁਸੀਂ ਕਿਸੇ ਕੈਫੇ ਤੇ ਚਲ ਜਿਓ ਜਿਹੜੇ ਫਾਰਮ ਭਰਦੇ ਹੋ ਉਹਨਾਂ ਨੇ ਆਪਣੇ ਆਪ ਅਪਲਾਈ ਕਰਦੇ ਨੇ ਬਾਕੀ ਇਹ ਸਾਰਾ ਕੁਝ ਦੱਸਿਆ ਹੋਇਆ ਹੈ ਕਿਵੇਂ-ਕਿਵੇਂ ਭਰਤੀ ਹੋਏਗੀ ਬਾਕੀ ਇਹਦੇ ਵਿੱਚ ਜਿਹੜੀਆਂ ਐਕਸ ਸਰਵਿਸਮੈਨ ਦੀ ਵੀ ਭਰਤੀ ਹੈਗੀ ਹੈ BC, SC, OBC ਸਾਰਿਆਂ ਦੀ ਭਰਤੀ ਹੈ ਸਾਰਿਆਂ ਨੂੰ ਬੈਨੀਫਿਟ ਮਿਲੇਗਾ ਤੇ ਵੀਰ ਜੀ ਜਿੰਨਾ ਜਿੰਨਾਂ ਨੇ ਵੀ 10ਵੀਂ ਪਾਸ ਕੀਤੀ ਉਹ ਜ਼ਰੂਰ ਇਹ ਫਾਰਮ ਭਰ ਲੈਣ ਪੀਐਨ ਦੀ ਵੈਕੈਂਸੀ ਹੈ ਕੋਈ ਪਤਾ ਨਹੀਂ ਕਿਸਮਤ ਦਾ ਸ਼ਾਇਦ ਤੁਹਾਡਾ ਜਿਹੜਾ ਆ ਦਾਣਾ ਪਾਣੀ ਇਹਦੇ ਵਿੱਚ ਹੀ ਲਿਖਿਆ ਹੋਇਆ ਸਿਰਫ ਇਹਦੀ ਜਿਹੜੀ ਹੋਏਗੀ ਮੇਰੇ ਖਿਆਲ ਨਾਲ ਇਹਦੀ ਇੰਟਰਵਿਊ ਹੀ ਹੋਏਗੀ ਆ ਵੀ ਇੰਟਰਵਿਊ ਦਾ ਵੀ ਇਹਨਾਂ ਨੇ ਦੱਸਿਆ ਹੈ ਕਿ ਕਿੱਥੇ ਇੰਟਰਵਿਊ ਹੋਏਗੀ ਬਾਕੀ ਸਾਰਾ ਕੁਛ ਇਹਨਾਂ ਨੇ ਦੱਸਿਆ ਹੋਇਆ ਤੁਸੀਂ ਇਹ ਨੋਟੀਫਿਕੇਸ਼ਨ ਆ ਇਸ ਤਰ੍ਹਾਂ ਦਾ ਇਹ ਫਾਰਮ ਚਾਹੀਦਾ ਆ ਜਿਹਦਾ ਤੁਸੀਂ ਭਰ ਕੇ ਉੱਥੇ ਅਪਲਾਈ ਕਰ ਸਕਦੇ ਹੋ ਤੇ ਵੀਰ ਜੀ ਏਜ ਫਾਰਮ ਜਿੰਨਾਂ ਜਿੰਨਾਂ ਨੇ ਮੇਰੇ ਵੀਰ ਨੇ 10ਵੀਂ ਕੀਤੀ ਜਿਹੜੇ ਵੀ ਕਹਿੰਦੇ ਨੇ ਕਿ ਮੈਨੂੰ ਇਹ ਨੌਕਰੀ ਚਾਹੀਦੀ ਆ ਤੇ ਮੈਂ ਇਹ ਨੌਕਰੀ ਕਰਨਾ ਚਾਹੁੰਦਾ ਆ ਤੇ ਉਹ ਮੇਰਾ ਵੀਰੇ ਇਹ ਫਾਰਮ ਭਰ ਸਕਦਾ ਹੈ ਬਾਕੀ ਮੈਂ ਇਹੀ ਗੱਲ ਕਹਿਣਾ ਹੈ ਕਿ ਜਿਹੜੀ ਵੀ ਕੋਈ ਭਰਤੀ ਆਉਂਦੀ ਹੈ ਤੁਹਾਨੂੰ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮੇਰੇ YouTube ਚੈਨਲ ਤੇ ਮਿਲ ਜੇਗਾ ਕੱਲ੍ਹ ਦੀਆਂ ਪੋਸਟ ਆਈਆਂ ਸੀ ਕੱਲ ਸ਼ਾਮ ਵੀਡੀਓ ਪਾਣੀ ਸੀ ਪਰ ਕੋਸ਼ਿਸ਼ ਕਰਨਾ ਕਰਕੇ ਮੈਂ ਨਹੀਂ ਪਾ ਸਕਿਆ ਪਰ ਅੱਜ ਜਿਹੜ ਤੁਸੀਂ ਮੇਰਾ ਵੀਰ ਜਿੰਨਾਂ ਜਿੰਨਾਂ ਨੇ ਅਪਲਾਈ ਕਰਨਾ ਹੈ ਉਹਨੂੰ ਅਪਲਾਈ ਜ਼ਰੂਰ ਕਰ ਲਿਓ ਤੇ ਵੀਡੀਓ ਚੰਗੀਆਂ ਲੱਗਦੀਆਂ ਲਾਈਕ ਕਰਿਓ ਬਾਕੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੈ ਹਿੰਦ ਦੋਸਤੋ